توسی بڑے خوبصورت آج لگ رہے ہوں توڑا پہراوا ہمیشہ یونیک رہے ہیں توڑا میر بانی ہیں لیکن کہیں دے نا وقت کا طوفان ہر ایک شے بہا کر لے گیا ہو گئی ہے ہو گئی ہے تنہا کتنی رہ گزر کہنا اسے کونپ پھر پھوٹ آئی شاخ پر کہنا اسے وہ نہ سمجھا ہے نہ سمجھے گا مگر کہنا اسے رس ਰਹਾ ਹੋ ਖੂਨ ਦਿਲ ਸੇ ਲਗ ਮਗਰ ਹਸਤੇ ਰਹੇ ਕਰ ਗਿਆ ਬਰਬਾਦ ਮੇਜ ਕੋ ਇਹ ਹਨਰ ਕਹਿਣਾ ਉਸ ਹਾਂ ਬਸ ਜਿੰਨੀ ਕਿ ਰਹਿ ਗਈ ਆ ਮੈਂ ਚਾਹਣਾ ਹਸ ਕੇ ਮੁਹੱਬਤ ਕਰਕੇ گزار ਲਉ ਕੋਈ ਇੱਛਾ ਅਧੂਰੀ ਆਈ ਹੈ ਹਾਂਜੀ ਸੋਨਾ ਆਪ ਆ ਜਿੰਨੇ ਸਭ ਬਣਾਇਆ ਤੇ ਸੋਨਾ ਰੱਬ ਨਾਮ ਰੱਬ ਦਾ ਹੀ ਆ ਹੁਣ ਇੱਛਾ ਕੋਈ ਨਹੀਂ ਹੁਣ ਇੱਕੋ ਹੀ ਅੱਛਾ ਹੈ ਕਿ ਜੀ ਰਹਿ ਹੈ ਵੀ ਕੋਈ ਰੱਬਾ ਹੁਣ ਕੋਈ ਇੱਛਾ ਨਾ ਹੋਵੇ ਕੋਈ ਇੱਛਾ ਨਰਵੇ ਇਹ ਹੀ ਮੇਰੀ ਇੱਛਾ ਹੈ ਕੋਈ ਖਵਾਸ਼ ਹੀ ਹੈ ਕਿ ਕੋਈ ਖਵਾਸ਼ ਨਾ ਰਵੇ ਆ ਵੀ ਅਜਾਬ ਲੱਗਦਾ ਹੁਣ ਕਿ ਵਾਪਾਂਹ ਮਹਿਬੂਬ ਆਪਣੇ ਨੂੰ ਮਿਲ ਗਏ ਉਸ ਜਿਹੜਾ ਸਰ ਜਿੰਨੇ ਕਈ ਸਾਰੀਆਂ ਹੀਰਾ ਸਾਰੇ ਰਾਜੇ ਸਾਰੇ ਮਜਨੂ ਸਾਰੀਆਂ ਹੀਰਾ ਕਾਇਨਾਤ ਰਚਾਈ ਆ ਉਸ ਸੋਹਣੇ ਦੀ ਦਿਦਾਰ ਕਰਨ ਦੇ ਸਾਹਮਣੇ ਤਸਵੀਰ ਮੈਂ ਡੇਰਾ ਬਿਆਸ ਮੁਖੀ ਦੀ ਵੇਖ ਰਿਹਾ ਤੁਸੀਂ ਮੰਨਦੇ ਹੋ ਬਾਬਾ ਜੀ ਬਹੁਤ ਮੰਨਦਾ ਉਹ ਸ਼ੇਰ ਫਕੀਰ ਨੇ ਦਰਿਆ ਦੇ ਕੰਢੇ ਡੇਰਾ ਲਾਇਆ ਕਰੋਨਾ ਦੇ ਟਾਈਮ ਲੋਕਾਂ ਨੂੰ ਪਤਾ ਲੱਗ ਗਿਆ ਨਾ ਕਿੰਦੇ ਸੀ ਜਮੀਨਾ ਬੜੀਆਂ ਉਹਨਾਂ ਨੇ ਕਿਹਾ ਨਮਾਜ਼ ਪੜ੍ਹਨੀ ਨਮਾਜ਼ ਪੜ੍ਹੋ ਪੂਜਾ ਕਰਨੀ ਪੂਜਾ ਕਰੋ ਪਾਠ ਕਰਨਾ ਪਾਠ ਕਰੋ ਤੁਸੀਂ ਸਾਰੇ ਮੇਰੇ ਆ ਤੁਹਾਨੂੰ ਲੰਗਰ ਵੀ ਮਿਲੇਗਾ ਆਪੋ ਆਪਣੇ ਧਰਮ ਵਿੱਚ ਰੋ ਕੋਈ ਰਾਜਾ ਸੁਆਮੀ ਕਹਿਣ ਦੀ ਲੋੜ ਨਹੀਂ ਅੱਜ ਜਿੱਤੋਂ ਵੀ ਲੋੜ ਪੈਂਦੀ ਹੜ ਵੀ ਆਉਂਦਾ ਸਾਰਾ ਐਸੇ ਫਕੀਰ ਚਾਹੀਦੇ ਆ ਹਸਪੀਟਲ ਜਾ ਕੇ ਦੇਖੋ ਉਹ ਕਾ ਦਾ ਫਕੀਰ ਆ ਜਿਹੜਾ ਜਿਹੜਾ ਭੁੱਖੇ ਨੂੰ ਨਹੀਂ ਰਜਾ ਸਕਦਾ ਰੋਦੇ ਨੂੰ ਨਹੀਂ ਤੁਸੀਂ ਪਹਿਲੀ ਵਾਰ ਬਾਬਾਈ ਨੂੰ ਕਦੋਂ ਮਿਲੇ ਸੀ ਮੈਂ ਹਜ਼ੂਰ ਨੂੰ ਦਰਸ਼ਨ ਕੀਤੇ ਸੀ ਜਦੋਂ ਗੱਦੀ ਤੇ تشریف فرما ਹੋਏ ਮੈਂ ਪ੍ਰੋਗਰਾਮ ਤੇ ਗਿਆ ਸੀ اچھا ਹਾਂਜੀ ਮੈਂ ਮੰਦਾ ਨਹੀਂ ਸੀ ਸਰਕਾਰ ਨਹੀਂ ਠੀਕ ਹੈ ਮੈਂ ਮਿਲਿਆ ਮੋਰ ਮੱਲੀ ਤੇ ਡੇਰਾ ਬਿਆਸ ਸੀ ਮਿਲੇ ਨਹੀਂ ਕਿਤੇ ਇਧਰ ਸਰਸੇਵਾਲ ਸਕੰਦਰਪੁਰ ਪ੍ਰੋਗਰਾਮ ਸੀ ਥੇੜੀ ਠੀਕ ਹੈ ਮੈਂ ਕਿ ਸੋਵਟ ਆਪਾਂ ਦਾ ਗਾਣਾ ਗਾਉਣਾ ਬੜਾ ਜੀ ਅਨਾਉਂਸਮੈਂਟ ਬੜੀ ਹੋਈ ਜੀ ਫਲਾਨਾ ਪਦਮਸ਼ਰੀ ਤੇ ਮਦਮਸ਼ਰੀ ਤੇ ਅਨਸਰਾ ਜਨ ਚਾਦਰਾ ਕੁੜਤਾ ਮੈਂ ਲਾਉਂਦਾ ਸੀ ਉਦੋਂ ਚਾਦਰਾ ਕੁੜਤੇ ਬਣ ਕੇ ਉਦੋਂ ਗਾਉਂਦੇ ਸੀ ਠੀਕ ਹੈ ਬੜੇ ਰੰਗਲੇ ਜਿਹੇ ਕੱਪੜੇ ਪਾਏ ਹਜ਼ੂਰ ਬਾਬਾ ਜੀ ਆ ਕੇ ਆ ਕੇ ਬਹਿ ਗਏ ਯੰਗ ਸੀ ਉਦੋਂ ਬਹੁਤ ਜੀ ਇਹ ਫੇਰੇ ਦੇਖ ਲੋ ਕਿ ਲਬ ਹਿਲ ਰੈਸੀ ਆਵਾਜ਼ ਨਹੀਂ ਸੀ ਆ ਰਹੀ ਹੂੰ ਤੇ ਮੈਂ ਕਿਹਾ ਕਰ ਮਾਈਕ ਖਰਾਬ ਹੈ ਕਰੇ ਕਿ ਕੋਈ ਆਜ ਹੀ ਨਹੀਂ ਆ ਰਹੀ ਤਾਂ ਮੈਂ ਤਾਂ ਫੱਟੇ ਚੱਕ ਦਿੰਦਾ ਸੀ ਉਦੋਂ ਤਿੰਨ ਤਿੰਨ ਟਖਾੜੇ ਲਾਉਂਦੇ ਸੀ ਮੈਂ ਕਿਹਾ ਕਹਾਣੀ ਕੀ ਆ ਫਿਰ ਮੈਨੂੰ ਫੇਰ ਕੋਸ਼ਿਸ਼ ਕੀਤੀ ਫਿਰ ਐਦਾਂ ਮਾਈਕ ਨੂੰ ਟਣਕਾ ਕੇ ਮਾਈਕ ਚੱਲਦਾ ਸੀ ਫਿਰ ਮੈਂ ਕਿਹਾ ਗਲਤੀ ਹੋਈ ਬੰਦੇ ਆ ਇਹ ਬਸ਼ਰ ਦੀ ਸ਼ਕਲ ਵਿੱਚ ਕੋਈ ਮਾਲਕ ਆ ਮੈਂ ਕਿਹਾ ਸਰਕਾਰ ਮਿਹਰਬਾਨੀ ਕਰੋ ਗਲਤੀ ਤਾਂ ਹੁਣ ਹੋਈ ਗਈ ਐ ਅੱਛਾ ਹੁਣ ਤਾਂ ਸਾਬੀ ਤਜਰਬੇ ਨਾ ਆ ਰਿਹਾ ਪੁਰਾਣੇ ਨਾ ਸਾਬੀ ਰੁਕੋ ਗਾਣਾ ਕੀ ਮੈਂ ਗਾਉਣਾ ਕਹਿਣ ਲੱਗੇ ਗਾ ਫਿਰ ਫਿਰ ਇਹਦੇ ਲੋ ਅੱਧੇ ਘੰਟੇ ਲਈ ਸਰਕਾਰ ਆਏ ਸੀ ਢਾਈ ਘੰਟੇ ਸੁਣਾ ਫਿਰ ਜੱਫੀਆਂ ਪੈ ਗਈਆਂ ਫਿਰ ਅੱਖ ਲੜ ਗਈ ਹੂੰ ਫਿਰ ਸੋਣਾ ਅੱਗੇ ਅੱਗੇ ਅਸੀਂ ਪਿੱਛੇ ਪਿੱਛੇ ਉਸ ਤੋਂ ਬਾਅਦ ਤੁਸੀਂ ਮਰਨਾ ਸ਼ੁਰੂ ਕਰਤਾ ਆਪਸ ਸਰੈਂਡਰ ਕਰਤਾ ਹੂੰ ਹੁਣ ਵੀ ਜਾਣਿਓ ਸ਼ਰਿਆਮ